ਤੇ ਕੇਵੀ ਬੇਨਤੀ ਹੈ ਸਾਰੀ ਸੰਗਤ ਨੂੰ ਜੋ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਮਰਿਆਦਾ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖੁਦ ਇਹ ਮਰਿਆਦਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਨਿਯੁਕਤ ਕੀਤੀ ਸੀ। ਉਹ ਮਰਿਆਦਾ ਅੱਜ ਵੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਦਮਦਮੀ ਟਕਸਾਲ ਦੇ ਵਿੱਚ ਜਾਂ ਵੱਖ ਵੱਖ ਸੰਪਰਦਾਵਾਂ ਦੇ ਵਿੱਚ, ਬੁੱਢਾ ਦਲ ਦੇ ਵਿੱਚ, ਤਰਨੇ ਦਲਾਂ ਦੇ ਵਿੱਚ, ਜਾਂ ਜਿੱਥੇ ਵੀ ਜਿੱਥੇ ਪੁਰਾਤਨ ਮਰਿਆਦਾ ਤੋਂ ਜਾਣੂ ਗੁਰਸਿੱਖ ਰਹਿੰਦੇ ਉਹ ਨਿਭਾਉਂਦੇ ਨੇ। ਇੱਕ ਮਰਿਆਦਾ ਹੁੰਦੀ ਹੈ ਕਿਸੇ ਸਾਧੂ ਦੀ, ਕਿਸੇ ਸੰਤ ਦੀ ਬਣਾਈ, ਇੱਕ ਮਰਿਆਦਾ ਹੈ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥਾਂ ਨਾਲ ਬਣਾਈ। ਉਹ ਮਰਿਆਦਾ ਇਹ ਹੈ ਕਿ ਸਭ ਤੋਂ ਪਹਿਲਾਂ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਲ ਬੁੰਗੇ ਦੀ ਉਸਾਰੀ ਕੀਤੀ, ਇੱਕ ਥੜਾ ਬਣਾਇਆ ਤੇ ਥੜਾ ਬਣਾ ਕੇ ਮਹਾਰਾਜ ਨੇ ਬਾਬਾ ਬਿਧੀ ਚੰਦ ਨੂੰ ਬਚਨ ਕੀਤੇ। ਸਤਿਗੁਰ ਆਪਣੇ ਸ਼ਸਤਰ ਮੰਗਵਾਏ, ਊਚ ਥਲ ਪਰ ਧੂਖ ਤੁਖਾਏ, ਫੂਲਣ ਕੀ ਮਾਲਾ ਪਹਿਰਾਵੇ। ਮਹਾਰਾਜ ਨੇ ਉਸ ਥੜੇ ਦੇ ਉੱਤੇ ਆਪਣੇ ਸ਼ਸਤਰ ਸਜਾਏ, ਸ਼ਸਤਰ ਸਜਾ ਕੇ ਉਹਨਾਂ ਨੂੰ ਧੂਫ ਧੁਕਾਈ, ਧੂਫ ਧੁਖਾਉਣ ਤੋਂ ਬਾਅਦ ਫੁੱਲਾਂ ਦੀ ਮਾਲਾ ਪਹਿਨਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਪੜ੍ਹ ਕੇ ਸ਼ਸਤਰਾਂ ਨੂੰ ਨਮਸਕਾਰ ਕੀਤੀ, ਸ਼ਸਤਰਾਂ ਦੀ ਪੂਜਾ ਕੀਤੀ। ਅੱਜ ਵੀ ਅਕਾਲ ਤਖ਼ਤ ਥੜੇ ਦੇ ਉੱਤੇ ਸ਼ਸਤਰ ਹੀ ਸੁਭਾਏਮਾਨ ਆ। ਉਸੇ ਤਰ੍ਹਾਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵੀ ਥੜਾ ਤਿਆਰ ਕਰਾਇਆ, ਥੜੇ ਦੇ ਉੱਚੇ ਥਾਂ 'ਤੇ ਸ਼ਸਤਰ ਸਜਵਾਏ ਤੇ ਜਿਸ ਦਿਨ ਫਿਰ ਨਰਾਤਾ ਸ਼ੁਰੂ ਹੁੰਦਾ, ਸੂਰਜ ਪ੍ਰਕਾਸ਼ ਦੇ ਬੋਲ ਨੇ ਆਜ ਨਰਾਤਾ ਆਦ ਨਿਹਾਰੂ, ਨਰਾਤੇ ਦੀ ਆਰੰਭਤਾ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ, ਦਸਮ ਬਾਣੀ ਦੇ ਜਾਪ ਕਰਵਾਏ, ਸ਼ਸਤਰ ਸਜਾ ਕੇ, ਧੂਫ ਲਗਾ ਕਰਕੇ, ਫੁੱਲਾਂ ਦੀ ਮਾਲਾ ਪਹਿਨਾ ਕੇ ਮਹਾਰਾਜ ਨੇ ਬਚਨ ਕੀਤਾ ਵੀ ਦੁਸ਼ਹਿਰੇ ਤੋਂ 9 ਦਿਨ ਪਹਿਲਾਂ ਹਰ ਇੱਕ ਗੁਰਸਿੱਖ ਨੇ ਜਿੱਥੇ ਵੀ ਕਿਤੇ ਹੋਵੇ ਸ਼ਸਤਰਾਂ ਨੂੰ ਸਜਾ ਕਰਕੇ, ਸ਼ਸਤਰਾਂ ਦੀ ਇੱਕ ਤਾਂ ਸੇਵਾ ਕਰਨੀ ਹੈ, ਕਈ ਇਹੋ ਜਿਹੇ ਵੀ ਨੇ ਗਾਤਰੇ ਕਿਰਪਾਨ ਪਾਈ ਹੁੰਦੀ ਜਿੱਦਣ ਅੰਮ੍ਰਿਤ ਛਕਿਆ ਹੁੰਦਾ, ਉਹ ਫਿਰ ਕਹਿੰਦੇ ਵੀ ਜਦੋਂ ਅੰਮ੍ਰਿਤ ਛਕਿਆ ਹੁੰਦਾ ਉੱਤੋਂ ਲੈ ਕੇ ਮਰਨ ਤੱਕ ਉਹ ਕਿਰਪਾਨ ਕੱਢਦੇ ਹੀ ਨਹੀਂ, ਕਿਰਪਾਨ ਨੂੰ ਜੰਗ ਹੀ ਲੱਗਾ ਰਹਿੰਦਾ। ਤੇ ਸਭ ਤੋਂ ਵੱਡਾ ਗੁਰਸਿੱਖ ਵਾਸਤੇ ਪਾਪ ਕੀ ਹੈ ਵੀ ਕਿਰਪਾਨ ਜੰਗ ਲੱਗਾ ਹੋਇਆ, ਇਸ ਕਰਕੇ ਸਭ ਤੋਂ ਵੱਡਾ ਪਾਪ ਹੈ। ਸ਼ਸਤਰਾਂ ਦੀ ਸੇਵਾ ਜ਼ਰੂਰ ਕਰਿਆ ਕਰੋ, ਸਾਫ਼ ਸਫਾਈ ਜ਼ਰੂਰ ਕਰਿਆ ਕਰੋ। ਮਹਾਰਾਜ ਨੇ ਕਿਹਾ ਹਰ ਇੱਕ ਸਿੱਖ ਨੇ ਇਹਨਾਂ 9 ਦਿਨਾਂ ਦੇ ਵਿੱਚ ਸ਼ਸਤਰਾਂ ਦੀ ਸੇਵਾ ਕਰਨੀ ਹੈ। ਫਿਰ ਉੱਥੇ ਇੱਕ ਪੋਥੀ ਤਿਆਰ ਹੋਈ ਪੰਥ ਦੇ ਵਿੱਚ ਸ਼੍ਰੀ ਦੁਸ਼ਹਿਰਾ ਮਹਾਤਮ ਦੀ, ਦੁਸ਼ਹਿਰਾ ਮਹਾਤਮ ਪੋਥੀ ਦਾ ਜਾਪ ਹਜ਼ੂਰ ਸਾਹਿਬ ਵੀ ਅਰਦਾਸ ਕਰਕੇ ਰੱਖਦੇ ਨੇ। ਨਰਾਤੇ ਵਾਲੇ ਦਿਨ ਜਦੋਂ ਸ਼ੁਰੂ ਹੁੰਦੇ ਆ, 3 ਅਕਤੂਬਰ ਨੂੰ ਆਰੰਭਤਾ ਹੋਣੀ ਹੈ, 3 ਅਕਤੂਬਰ ਵਾਲੇ ਦਿਨ ਇੱਥੇ ਵੀ ਗੋਬਿੰਦ ਧਾਮ ਵਿੱਚ ਵੀ ਜਾਂ ਜਿੱਥੇ ਵੀ ਨਿਹੰਗ ਸਿੰਘ ਰਹਿੰਦੇ ਨੇ ਹਜ਼ੂਰ ਸਾਹਿਬ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਦੁਸ਼ਹਿਰਾ ਮਹਾਤਮ ਦੇ ਪਾਠ ਜ਼ਰੂਰ ਕੀਤੇ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਵੀ ਆ 9 ਦਿਨਾਂ ਦੇ ਵਿੱਚ ਜੋ ਗੁਰੂ ਕਾ ਸਿੱਖ ਸ਼ਸਤਰ ਸਜਾ ਕੇ ਸ਼ਸਤਰਾਂ ਦੀ ਪੂਜਾ ਕਰੇਗਾ, ਦੁਸ਼ਹਿਰਾ ਮਹਾਤਮ ਦੇ ਪਾਠ ਕਰੇਗਾ ਤੇ ਮਹਾਰਾਜ ਜੀ ਦਾ ਕੀ ਲਾਭ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਯੁੱਗ ਦੇ ਵਿੱਚ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਮਾੜੇ ਸਾਏ ਨੇ, ਮਾੜੀ ਤਾਕਤ ਨੇ ਘੇਰਿਆ ਹੋਇਆ, ਹਰ ਇੱਕ ਬੰਦੇ ਨੂੰ ਕਲੇਸ਼ ਨੇ ਘੇਰਿਆ, ਦੁੱਖਾਂ ਨੂੰ ਘੇਰਿਆ।
ਜਿਸ ਬੰਦੇ ਨੂੰ 12 ਸਾਲ ਕਰਕੇ ਜਿਹੜੀ ਤਪੱਸਿਆ ਦਾ ਫਲ ਮਿਲਦਾ ਹੈ, ਕਹਿੰਦੇ ਉਹ ਆ 9 ਦਿਨ ਮੈਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਸਤਰਾਂ ਦੀ ਸੇਵਾ ਕਰੇ ਤੇ ਦਸਮ ਬਾਣੀ ਦੇ ਜਾਪ ਕਰੇ, 12 ਸਾਲ ਦੀ ਤਪੱਸਿਆ ਦਾ ਫਲ ਉਹਨੂੰ ਇਹਨਾਂ 9 ਦਿਨਾਂ ਦੇ ਵਿੱਚ ਹੀ ਮਿਲ ਜਾਵੇਗਾ। ਇਹ ਮਹਾਤਮ ਹੈ। ਇਸ ਲਈ ਆਪਾਂ ਤੇ ਨਹੀਂ ਕਰਦੇ, ਪਰ ਹਜ਼ੂਰ ਸਾਹਿਬ ਵਾਲੇ ਪਾਸੇ ਨੇਮ ਹੈ, ਆਪਣੇ ਘਰਾਂ ਵਿੱਚ ਘੱਟੋ ਘੱਟ 5 ਸ਼ਸਤਰਾਂ ਦਾ ਆਸਣ ਜ਼ਰੂਰ ਲਾਉਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਆਪਾਂ ਹਰ ਇੱਕ ਸਿੱਖ ਕਰ ਸਕਦਾ। ਇਸ ਲਈ ਘਰ ਵਿੱਚ 5 ਸ਼ਸਤਰ ਜ਼ਰੂਰ ਰੱਖੋ। ਜਿਸ ਘਰ ਵਿੱਚ 5 ਸ਼ਸਤਰ ਹੁੰਦੇ ਨੇ ਨਾ ਘੱਟੋ ਘੱਟ, ਉੱਥੇ ਬਾਜਾਂ ਵਾਲੇ ਦੇ ਨਾਲ ਨਾਲ ਘੱਟੋ ਘੱਟ 5 ਸ਼ਹੀਦ ਸਿੰਘਾਂ ਦਾ ਪਹਿਰਾ ਪੱਕਾ ਹੀ ਲੱਗ ਜਾਂਦਾ ਹੈ। ਇਸ ਲਈ 3 ਅਕਤੂਬਰ ਨੂੰ ਆਪਾਂ ਇੱਥੇ ਪਾਠ ਆਰੰਭ ਕਰਾਂਗੇ ਸ਼੍ਰੀ ਦੁਸਹਿਰਾ ਮਹਾਤਮ ਦੇ। ਇਹਨਾਂ ਪਾਠਾਂ ਦੇ ਵਿੱਚ ਸ਼੍ਰੀ ਜਾਪ ਸਾਹਿਬ, ਅਕਾਲ ਉਸਤਤ, ਚੰਡੀ ਚਰਿੱਤਰ, ਚੰਡੀ ਦੀ ਵਾਰ, ਚੰਡੀ ਚਰਿੱਤਰ ਉਕਤ ਬਿਲਾਸ ਅਤੇ ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ ਦੇ ਪਾਠ ਵੀ ਹੁੰਦੇ ਆ। ਅਤੇ ਦੁਸਹਿਰੇ ਵਾਲੇ ਦਿਨ ਅੰਮ੍ਰਿਤ ਵੇਲੇ ਬਾਣੀ ਨੂੰ ਆਰੰਭ ਕਰਕੇ ਫਿਰ ਇਸ ਪਾਠ ਦਾ ਭੋਗ ਪਾਇਆ ਜਾਂਦਾ ਹੈ, ਸ਼ਸਤਰਾਂ ਨੂੰ ਤਿਲਕ ਲਗਾਇਆ ਜਾਂਦਾ ਹੈ, ਸ਼ਹੀਦੀ ਦੇਗਾਂ ਸਜਾਈਆਂ ਜਾਂਦੀਆਂ। ਜਿਹੜੀ ਸੰਗਤ ਪਾਠ ਨਹੀਂ ਕਰ ਸਕਦੀ ਉਹ ਸੰਗਤ ਨੂੰ ਬੇਨਤੀ ਹੈ, 3 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਅਸਥਾਨ 'ਤੇ ਆ ਕਰਕੇ ਪਾਠ ਸੁਣੋ ਅਤੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਲਵੋ। ਸਾਰੇ ਸ਼ਸਤਰ ਪ੍ਰਕਾਸ਼ ਕਰਕੇ ਸ਼ਸਤਰਾਂ ਦਾ ਆਸਣ ਲਾ ਕੇ ਪਾਠ ਕੀਤਾ ਜਾਏਗਾ। ਗੁਰੂ ਕਾ ਲੰਗਰ ਵੀ ਵਰਤੂ ਅਤੇ ਕੜਾਹ ਪ੍ਰਸ਼ਾਦੀ ਦੇਗ ਅਤੇ ਸ਼ਹੀਦੀ ਦੇਗਾਂ ਉਹ ਵੀ ਤਿਆਰ ਕੀਤੀਆਂ ਜਾਣਗੀਆਂ ਇਸ ਦੁਸਹਿਰਾ ਮਹਾਤਮ ਦੇ ਪਾਠਾਂ ਦੇ ਵਿੱਚ। 3 ਅਕਤੂਬਰ ਤੋਂ ਲੈ ਕੇ 11 ਅਕਤੂਬਰ ਤੱਕ ਜਿਹੜਾ ਪਾਠ ਹੈ ਉਹ ਦਿਨੇ 12 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਮਹਾਰਾਜ ਨੇ ਮਰਿਆਦਾ ਬੰਨੀ ਸੀ ਵੀ ਪਿਛਲੇ ਪੈਰ ਪਾਠ ਆਰੰਭ ਕਰਨਾ ਹੈ। ਪਹਿਲਾਂ ਪਾਠ ਹੋਵੇਗਾ 3 ਅਕਤੂਬਰ ਤੋਂ 11 ਅਕਤੂਬਰ ਤੱਕ, 12 ਵਜੇ ਤੋਂ ਸ਼ਾਮ 6 ਵਜੇ ਤੱਕ, ਅਤੇ ਦੁਸਹਿਰੇ ਵਾਲੇ ਦਿਨ 12 ਅਕਤੂਬਰ ਨੂੰ ਪਾਠ ਆਰੰਭ ਹੋਵੇਗਾ ਅੰਮ੍ਰਿਤ ਵੇਲੇ 3 ਵਜੇ ਤੋਂ 9 ਵਜੇ ਤੱਕ। ਸੋ ਇਹਨਾਂ ਪਾਠਾਂ ਦੇ ਵਿੱਚ ਸਾਰੀ ਸੰਗਤ ਨੇ ਹਿੱਸਾ ਜ਼ਰੂਰ ਪਾਉਣਾ। ਹਿੱਸਾ ਇਹ ਵੀ ਹਾਜ਼ਰੀ ਭਰਨੀ, ਸ਼ਸਤਰਾਂ ਨੂੰ ਚੋਰ ਸਾਹਿਬ ਕਰਨੀ, ਬਾਣੀ ਸੁਣਨੀ ਅਤੇ ਆਪ ਦਾ ਸੇਵਾ ਕਰਨੀ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਅਤੇ ਜੇ ਕੋਈ ਵੀ ਪਾਠ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਉਹ ਸੰਗਤ ਬਾਅਦ ਵਿੱਚ ਮਿਲ ਕੇ ਪਾਠ ਦੀ ਸੇਵਾ ਲਈ ਆਪਣਾ ਨਾਮ ਵੀ ਜ਼ਰੂਰ ਲਿਖਵਾ ਸਕਦੀ ਹੈ। ਸੋ ਇਸ ਕਰਕੇ ਇਹ ਆਪ ਸਾਰੇ ਅਜਮਾ ਕੇ ਵੇਖ ਲਿਓ ਵੀ ਵੈਸੇ ਤਾਂ ਆਪਣੇ ਇਲਾਕੇ 'ਚ ਤਾਂ ਮੇਰੇ ਹਿਸਾਬ ਨਾਲ ਕਿਤੇ ਦੁਸਹਿਰਾ ਮਹਾਤਮ ਹੁੰਦਾ ਹੀ ਨਹੀਂ ਅਤੇ ਨਾ ਹੀ ਬਹੁਤੀ ਸੰਗਤ ਨੂੰ ਪਤਾ ਵੀ ਦੁਸਹਿਰਾ ਮਹਾਤਮ ਕੀ ਹੁੰਦਾ ਹੈ। ਸੋ ਦੁਸਹਿਰਾ ਮਹਾਤਮ ਦੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਵੇਖੋ। ਇਹ ਹਜ਼ੂਰ ਸਾਹਿਬ ਜਾਂ ਦਲਾਂ ਪੰਥਾਂ ਵਿੱਚ ਜਮਾਈ ਹੋਈ ਗੱਲ ਹੈ, ਜਿਹੜਾ ਇਹ 9 ਦਿਨ ਸ਼ਸਤਰਾਂ ਦੀ ਸੇਵਾ ਕਰ ਲਵੇ ਨਾ ਅਤੇ ਆ ਕਰਕੇ ਦਸਮ ਦੀ ਬਾਣੀ ਦਾ ਜਾਪ ਕਰ ਲਵੇ ਉਹ ਘਰ ਤੋਂ ਅਤੇ ਇਕੱਲਾ ਹੀ ਤੁਰ ਕੇ ਆਉਂਦਾ ਗੁਰੂ ਘਰ, ਪਰ ਜਦੋਂ ਲਗਾਤਾਰ ਇਹ 9 ਦਿਨ ਸ਼ਸਤਰਾਂ ਦੀ ਸੇਵਾ ਕਰਦਾ ਅਤੇ ਸ਼ਸਤਰਾਂ ਦੀ ਸੇਵਾ ਦੇ ਨਾਲ ਨਾਲ ਦਸਵੇਂ ਪਾਤਸ਼ਾਹ ਦੀ ਬਾਣੀ ਸੁਣਦਾ, ਫਿਰ ਕਹਿੰਦੇ ਘਰੋਂ ਤੇ ਇਕੱਲਾ ਆਉਂਦਾ ਗੁਰੂ ਘਰ, ਪਰ ਜਦੋਂ ਗੁਰੂ ਘਰ ਤੋਂ ਵਾਪਸ ਘਰ ਜਾਂਦਾ ਇਕੱਲਾ ਨਹੀਂ ਜਾਂਦਾ, ਗੁਰੂ ਗੋਬਿੰਦ ਸਿੰਘ ਨਾਲ ਹੀ ਜਾਂਦੇ ਆ। ਇਸ ਪਾਠ ਦੇ ਵਿੱਚ ਬੜੀ ਤਾਕਤ ਹੈ। ਸੋ ਸਾਰਿਆਂ ਨੇ ਜ਼ਰੂਰ ਹਾਜ਼ਰੀ ਭਰਨੀ।